ਸਾਤ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਘਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਹੈ ਕੋਈ ਵੀ ਕੰਮ ਕਾਰੋਬਾਰ ਨਹੀਂ ਚੱਲਦਾ ਘਰ ਵਿੱਚ ਮਾਇਆ ਦੀ ਕਮੀ ਹੁੰਦੀ ਹੈ ਘਰ ਦੇ ਵਿੱਚ ਜੀਵਾਂ ਦੇ ਵਿੱਚ ਕਲੇਸ਼ ਹੀ ਕਲੇਸ਼ ਰਹਿੰਦਾ ਹੈ ਇੰਜ ਲੱਗਦਾ ਹੈ ਕਿ ਜਿਵੇਂ ਘਰ ਦੇ ਵਿੱਚ ਭੂਤ ਵਸ ਰਹੇ ਨੇ ਇੰਜ ਲੱਗਦਾ ਹੈ ਜਿਵੇਂ ਕਿਸੇ ਨੇ ਸਾਡੇ ਪਰਿਵਾਰ ਤੇ ਕੁਝ ਕੀਤਾ ਕਰਾਇ ਜਿਸ ਦੇ ਕਰਕੇ ਅਸੀਂ ਹਰ ਰੋਜ਼ ਹੀ ਇੰਨੀ ਹੇਠਾਂ ਡਿੱਗੀ ਜਾ ਰਹੇ ਹਾਂ ਮਨ ਬਿਲਕੁਲ ਟੁੱਟ ਜਾਂਦਾ ਹੈ ਤਾਂ ਅੱਜ ਤੁਹਾਨੂੰ ਇੱਕ ਸ਼ਬਦ ਦੱਸਣ ਜਾ ਰਹੇ ਹਾਂ ਇਹ ਸ਼ਬਦ ਸਿਰਫ ਦੋ ਤੁਕਾਂ ਦਾ ਸ਼ਬਦ ਹੈ ਜੋ ਸਿਰਫ 5 ਜਾਂ ਫਿਰ 7 ਸੈਕਿੰਡ ਦੇ ਵਿੱਚ ਪੂਰਾ ਹੋ ਜਾਵੇਗਾ ਇਸ ਸ਼ਬਦ ਨੂੰ ਸੁੱਤੇ ਉੱਠਦਿਆਂ ਤੁਸੀਂ 21 ਵਾਰ ਜਾਪ ਕਰਨਾ ਹੈ ਸਿਰਫ 1 ਮਿੰਟ ਤੁਹਾਨੂੰ ਇਸ ਸ਼ਬਦ ਦਾ ਜਾਪ ਕਰਨ ਦੇ ਵਿੱਚ ਲੱਗੇਗਾ ਪਰ ਜੇਕਰ ਤੁਸੀਂ ਹਰ ਰੋਜ਼ ਇਸ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਲੈਂਦੇ ਹੋ ਸੁੱਤੇ ਉੱਠਦੇ ਪਹਿਲਾਂ ਹੀ ਇਸ ਸ਼ਬਦ ਦਾ 21 ਵਾਰ ਜਾਪ ਕਰਦੇ ਹੋ ਤਾਂ ਸੱਚ ਜਾਣਿਓ ਤੁਹਾਡੇ ਸਾਰੇ ਕੰਮ ਗੁਰੂ ਮਹਾਰਾਜ ਆਪ ਕਰ ਦੇਣਗੇ ਕਾਰੋਬਾਰ ਸਿੱਖਰਾਂ ਤੇ ਚੱਲ ਜਾਣਗੇ ਘਰ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਵੇਗਾ ਮਾਇਆ ਦੀ ਬਰਕਤ ਪੈ ਜਾਵੇਗੀ ਐਨੀ ਮਾਇਆ ਮਿਲੇਗੀ ਕਿ ਤੁਹਾਡੇ ਕੋਲੋਂ ਖਤਮ ਨਹੀਂ ਹੋਣੀ ਘਰ ਦੇ ਵਿੱਚੋਂ ਮਾੜੀਆਂ ਸ਼ਕਤੀਆਂ ਦੂਰ ਭੱਜਣਗੀਆਂ ਤੁਹਾਡੇ ਉੱਤੇ ਕੀਤਾ ਕਰਾਇ ਟੁੱਟ ਜਾਵੇਗਾ ਤੇ ਅੱਗੇ ਤੋਂ ਤੁਹਾਡੇ ਤੇ ਕੋਈ ਵੀ ਕੁਝ ਕੀਤਾ ਕਰਾਇ ਨਹੀਂ ਕਰ ਸਕੇਗਾ ਜਾਦੂ ਟੂਣਾ ਨਹੀਂ ਕਰ ਸਕੇਗਾ ਜਿੰਨਾ ਮਰਜੀ ਵੱਡਾ ਤਾੰਤ੍ਰਿਕ ਚਾਹੇ ਬਾਬਾ ਜੋਰ ਲਾਲ ਵੀ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕੇਗਾ ਕੰਮ ਤੁਹਾਡੇ ਪਾਣੀ ਵਾਂਗ ਚੱਲਣਗੇ ਗੁਰੂ ਸਾਹਿਬ ਇੰਨੀ ਕਿਰਪਾ ਕਰ ਦੇਣਗੇ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੁੱਤੇ ਉੱਠਦਿਆਂ ਮੂੰਹ ਹੱਥ ਧੋ ਕੇ ਪਹਿਲਾਂ ਹੀ ਇਸ ਸ਼ਬਦ ਦਾ ਜਾਪ ਕਰਨਾ ਹੈ 21 ਵਾਰ ਹਰ ਰੋਜ਼ ਇਸ ਸ਼ਬਦ ਦਾ ਜਾਪ ਕਰਨਾ ਹੈ ਜੇਕਰ ساری ਜ਼ਿੰਦਗੀ ਲਈ ਇਸ ਸ਼ਬਦ ਨੂੰ ਤੁਸੀਂ ਆਪਣੇ ਲਈ ਧਾਰ ਲਓਗੇ ਤਾਂ ਇਹ ਸ਼ਬਦ ਤੁਹਾਡੀ ਹਰ ਵੇਲੇ ਰੱਖਿਆ ਕਰੇਗਾ ਕੰਮਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ ਤੁਹਾਡਾ ਵਾੜ ਵੀ ਵਿੰਗਾ ਨਹੀਂ ਹੋ ਸਕੇਗਾ ਗੁਰੂ ਮਹਾਰਾਜ ਇੰਨੀ ਕਿਰਪਾ ਕਰ ਦੇਣਗੇ